ਕਈ ਲੋਕ ਕਹਿੰਦੇ ਸੀ ਹਰਿਆਣੇ ਜਾਊਂਗੇ, 2 ਦਿਨ ਉੱਥੇ ਕੁੱਟ ਖਾ ਕੇ ਮੁੜ ਆਊਂਗੇ, ਤੁਹਾਨੂੰ ਹਰਿਆਣਾ ਨਹੀਂ ਟੱਪਣ ਦੇਣਾ ਕਿਸੇ ਨੇ। ਉੱਥੇ ਅਨਾਊਂਸ ਕੀਤਾ ਵੀ 9 ਵਜੇ ਆਪਾਂ ਬੈਰੀਕੇਟਰ ਤੋੜਨੇ ਨੇ, ਜਦ ਅਥਰੂ ਗੈਸ ਛੱਡਣਗੇ ਤੁਸੀਂ ਨੂਣ ਜੀਭ 'ਤੇ ਰੱਖਣਾ ਅਤੇ ਆਪਦਾ ਜਿਹੜਾ ਗਿੱਲਾ ਲੜ ਚੁੰਨੇ ਦਾ ਹੋਊਗਾ ਤੁਸੀਂ ਉਹਨਾਂ ਨਾਲ ਅੱਖਾਂ ਸਾਫ਼ ਕਰਨੀਆਂ ਨੇ। ਮੈਂ ਤਾਂ ਇਹ ਵੀ ਸੋਚ ਲਿਆ ਸੀ ਮੇਰੀ ਜ਼ਿੰਦਗੀ ਜਾਵੇ ਤਾਂ ਜਾਵੇ, ਮੈਂ ਬੱਚਿਆਂ ਨੂੰ ਪੁੱਛਿਆ ਬਾਈ ਦੀ ਵੇ ਮੈਂ ਮਰ ਜਾਂਦੀ ਹਾਂ ਤੁਸੀਂ ਮੇਰੇ ਸੰਸਕਾਰ 'ਤੇ ਆਊਂਗੇ, ਕਹਿੰਦੇ ਨਹੀਂ ਜੀ। ਸਾਡੇ ਬੱਚੇ ਇਹ ਸਰਕਾਰਾਂ ਤੋਂ ਦੁਖੀ ਹੋ ਕੇ ਅੱਜ ਇਕੱਲੇ ਇਕੱਲੇ ਮਾਵਾਂ ਦੇ ਪੁੱਤ ਅੱਜ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਨੇ। ਮੈਂ ਆਪਦੇ ਬੱਚੇ ਨੂੰ 5.5 ਸਾਲਾਂ ਦੇ ਵਿੱਚ 1 ਵਾਰੀ ਮਿਲੀ ਹਾਂ। ਜਦੋਂ ਔਰਤ ਕਿਸੇ ਸੰਘਰਸ਼ ਵਿੱਚ ਅੱਗੇ ਲੱਗੇ ਨਾ, ਸਰਕਾਰ 100 ਵਾਰੀ ਸੋਚ ਕੇ ਹੱਥ ਪਾਉਂਦੀ। ਮੋਗਾ ਦੇ ਪਿੰਡ ਤਲਵੰਡੀ ਮੱਲੀਆਂ ਦੀ ਬਚਿੱਤਰ ਕੌਰ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਅੰਦੋਲਨ ਦੌਰਾਨ ਬਿਤਾਏ ਸਮੇਂ ਨੂੰ ਭਾਵੁਕਤਾ ਅਤੇ ਉਤਸ਼ਾਹ ਨਾਲ ਯਾਦ ਕਰਦੇ ਨੇ। ਜਦੋਂ ਅਸੀਂ ਜਿੱਤੇ ਸੀ ਫਿਰ ਅਸੀਂ ਫੋਟੋਆਂ ਕਰਾਈਆਂ ਇਹ ਦਫ਼ਤਰ ਦੀ ਮੀਟਿੰਗ ਦੀ। ਕਿਸਾਨ ਜਥੇਬੰਦੀ BKU ਉਗਰਾਹਾਂ ਨਾਲ ਜੁੜੇ ਰਿਟਾਇਰਡ ਟੀਚਰ ਬਚਿੱਤਰ ਕੌਰ ਤਕਰੀਬਨ 1 ਸਾਲ ਦਿੱਲੀ ਦੇ ਟਿਕਰੀ ਬਾਰਡਰ ਤੇ ਸੰਘਰਸ਼ ਕਰਦੇ ਰਹੇ। ਸਰਕਾਰ ਵੱਲੋਂ 3 ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਮਗਰੋਂ ਕਿਸਾਨ ਅੰਦੋਲਨ ਮੁਲਤਵੀ ਹੋ ਗਿਆ। ਦਿੱਲੀ ਦੀਆਂ ਬਰੂਹਾਂ ਤੋਂ ਕਿਸਾਨਾਂ ਨੂੰ ਵਾਪਸ ਗਿਆ 6 ਮਹੀਨੇ ਹੋ ਗਏ। ਬਚਿੱਤਰ ਕੌਰ ਸੰਘਰਸ਼ ਦੇ ਦਿਨਾਂ ਦੂਜੇ ਸੂਬਿਆਂ ਦੇ ਲੋਕਾਂ ਨਾਲ ਪਏ ਪਿਆਰ ਅਤੇ ਨਿੱਜੀ ਜ਼ਿੰਦਗੀ ਵਿੱਚ ਕੀਤੇ ਸੰਘਰਸ਼ ਦਾ ਜ਼ਿਕਰ ਕਰਦੇ ਨੇ। ਮੈਂ ਬਚਿੱਤਰ ਕੌਰ ਜੀ, ਅਸੀਂ 25 ਨਵੰਬਰ 2020 ਨੂੰ ਦਿੱਲੀ ਗਏ ਸੀ ਅਤੇ ਉੱਥੋਂ ਜਿੱਤ ਕੇ ਅਸੀਂ 11 ਦਸੰਬਰ 2021 ਨੂੰ ਅਸੀਂ ਵਾਪਸ ਆ ਗਏ ਸੀ ਪੰਜਾਬ। ਅਸੀਂ ਸਾਰਾ ਖਾਣ ਪੀਣ ਦਾ 6 ਮਹੀਨੇ ਦਾ ਸਮਾਨ ਜਿਹੜਾ ਉਹ ਲੈ ਕੇ ਚੱਲੇ ਸੀ, ਕੱਪੜਾ ਲੀੜਾ ਲੈ ਕੇ ਚੱਲੇ ਸੀ ਵੀ ਪਤਾ ਨਹੀਂ ਉੱਥੇ ਕਿੰਨਾ ਟਾਈਮ ਲੱਗ ਜੂਗਾ। ਪਹਿਲਾਂ ਤਾਂ ਲੋਕਾਂ ਨੇ ਬੜੇ ਨਾਂ ਲਿਖਾਏ ਪਰ ਜਾਣ ਵਾਲੇ ਥੋੜ੍ਹੇ ਜਿਹੇ ਲੋਕ ਡਰ ਗਏ ਸੀ ਵੀ ਸ਼ਾਇਦ ਗੋਲੀ ਚੱਲੂ ਜਾਂ ਉੱਥੇ ਪਤਾ ਨਹੀਂ ਕੀ ਹੋਊਗਾ। ਅਸੀਂ 2 ਟਰਾਲੀਆਂ 1 'ਚ ਸਮਾਨ ਰੱਖਿਆ ਪੂਰਾ ਆਪਦਾ 6 ਮਹੀਨੇ ਦਾ। ਬਸ ਇੱਕੋ ਗੱਲ ਸੀ ਮੇਰੀ ਤਾਂ, ਚਾਹੇ ਜੇਲ੍ਹ ਹੋ ਜਾਵੇ ਚਾਹੇ ਮਰ ਜਾਈਏ, ਜਦੋਂ ਹੁਣ ਚੱਲ ਹੀ ਪਏ ਇਸ ਰਸਤੇ ਤੁਰ ਪਏ ਭਾਵੇਂ ਕੁਛ ਮਰਜ਼ੀ ਹੋ ਜਾਵੇ। ਕਈ ਲੋਕ ਕਹਿੰਦੇ ਸੀ ਹਰਿਆਣੇ ਜਾਊਂਗੇ, 2 ਦਿਨ ਉੱਥੇ ਕੁੱਟ ਖਾ ਕੇ ਮੁੜ ਆਊਂਗੇ, ਤੁਹਾਨੂੰ ਹਰਿਆਣਾ ਨਹੀਂ ਟੱਪਣ ਦੇਣਾ ਕਿਸੇ ਨੇ। ਅਸੀਂ ਡੱਬਵਾਲੀ ਵੱਲ ਦੀ ਗਏ ਸੀ, ਅਸੀਂ ਡੱਬਵਾਲੀ ਜਾ ਕੇ ਰਾਤ ਰਹੇ। ਸਾਨੂੰ ਸਾਡੇ ਜੇਠੂ ਕੇ ਝੰਡਾ ਸਿੰਘ ਜੇਠੂ ਕੇ ਨੇ ਉੱਥੇ ਅਨਾਊਂਸ ਕੀਤਾ ਵੀ 9 ਵਜੇ ਆਪਾਂ ਬੈਰੀਕੇਟਰ ਤੋੜਨੇ ਨੇ, ਤੁਸੀਂ ਆਪਦੇ ਜਿਹੜਾ ਨੂਣ ਹੈ ਉਹ ਤਲੀਆਂ 'ਤੇ ਰੱਖ ਲਿਓ ਅਤੇ 1 ਚੁੰਨੀ ਦਾ ਲੜ ਗਿੱਲਾ ਕਰ ਲਿਓ, ਕਿਉਂਕਿ ਜਦੋਂ ਅਥਰੂ ਗੈਸ ਛੱਡਣਗੇ ਤੁਸੀਂ ਨੂਣ ਜੀਭ 'ਤੇ ਰੱਖਣਾ ਅਤੇ ਆਪਦਾ ਜਿਹੜਾ ਗਿੱਲਾ ਲੜ ਚੁੰਨੇ ਦਾ ਹੋਊਗਾ ਤੁਸੀਂ ਉਹਨਾਂ ਦੀਆਂ ਅੱਖਾਂ ਸਾਫ਼ ਕਰਨੀਆਂ ਨੇ, ਤਾਂ ਕਿ ਜਿਹੜਾ ਅਥਰੂ ਗੈਸ ਛੱਡਣਗੇ ਤੁਹਾਡੇ 'ਤੇ ਕੋਈ ਅਸਰ ਨਾ ਹੋਵੇ। ਅਸੀਂ ਉਵੇਂ ਕੀਤਾ, ਬੜੀ ਤਿਆਰੀ ਕਰ ਲਈ ਅਸੀਂ ਪੂਰੀ। ਸਾਨੂੰ ਲੋਕਾਂ ਨੇ ਕਿਹਾ, 2-3 ਮੁੰਡਿਆਂ ਨੇ ਸਾਨੂੰ ਕਿਹਾ ਵੀ ਆਂਟੀ ਤੁਸੀਂ ਟਰਾਲੀ 'ਚ ਬੈਠ ਜਾਓ, ਤੁਹਾਨੂੰ ਕਿਸੇ ਨੇ ਧੱਕਾ ਮਾਰਿਆ ਤੁਸੀਂ ਮਰ ਜਾਓਗੀਆਂ ਤੁਸੀਂ। ਮੈਂ ਕਹਿੰਦਾ ਨਹੀਂ, ਅਸੀਂ ਆਏ ਕਾਹਦੇ ਵਾਸਤੇ ਹਾਂ, ਭਾਵੇਂ ਅਸੀਂ ਮਰ ਜਾਈਏ ਭਾਵੇਂ ਅਸੀਂ ਜਿਉਂਦੇ ਰਹਿ ਜਾਈਏ, ਅਸੀਂ ਤੁਹਾਡੇ ਬਰਾਬਰ। ਗੁੱਸਾ ਸੀ ਸਰਕਾਰ ਪ੍ਰਤੀ ਵੀ ਸਾਡੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਹੈ ਜਿਹੜਾ ਇਹਨਾਂ ਨੇ ਰੋਲਤਾ। ਘਰੇ ਮੇਰੇ ਹਸਬੈਂਡ ਸੀ, ਉਹ ਬਸ ਕਹਿੰਦੇ ਸੀ ਦੇਖ ਲੈ ਤੇਰੀ ਮਰਜ਼ੀ ਹੈ ਵੀ ਘਰ ਦਾ ਵੀ ਸੋਚ ਲਈ। ਮੈਂ ਕਹਿੰਦੀ ਸੀ ਕੋਈ ਨਾ 2-4 ਦਿਨ ਲਾ ਕੇ ਮੈਂ ਵਾਪਸ ਆ ਜਾਊਂਗੀ, ਉਸ ਤੋਂ ਬਾਅਦ ਮੈਂ ਦੇਖੂ ਕੀ ਬਣਦਾ। ਪਰ ਜਦ ਮੈਂ ਉੱਥੇ ਦਿੱਲੀ ਪਹੁੰਚ ਗਈ, ਦਿੱਲੀ ਪਹੁੰਚ ਕੇ ਜਦ ਉੱਥੇ ਦਾ ਮਾਹੌਲ ਦੇਖਿਆ, ਉੱਥੇ ਦਾ ਸਾਰਾ ਦੇਖਿਆ ਵੀ ਲੋਕ ਇੰਨਾ ਜੋਸ਼ ਨਾਲ ਆ ਰਹੇ ਨੇ, ਉੱਥੋਂ ਮੁੜਨ ਨੂੰ ਦਿਲ ਹੀ ਨਹੀਂ ਕੀਤਾ ਜੀ। ਫਿਰ ਸਾਨੂੰ ਲੋਕਾਂ ਨੇ ਬਹੁਤ ਸਾਡੇ ਜਿਹੜੇ ਨਾਲ ਗਏ ਸੀ ਉਹਨਾਂ ਨੇ ਵੀ ਕਿਹਾ ਚਲੋ ਕੋਈ ਨਾ ਤੁਸੀਂ 2 ਦਿਨ ਜਾਇਓ ਪਿੰਡ ਫਿਰ ਆ ਜਾਇਓ। ਫਿਰ ਅਸੀਂ ਪਿੰਡ ਆਏ ਜੀ, ਅਸੀਂ ਫੰਡ ਇਕੱਠਾ ਕੀਤਾ,
ਕਿਉਂਕਿ ਸੰਘਰਸ਼ ਪਤਾ ਨਹੀਂ ਉਗਰਾਹਾਂ ਸਾਹਿਬ ਕਹਿੰਦੇ ਸੀ ਵੀ ਕਿੰਨਾ ਚਿਰ ਚੱਲੂਗਾ। ਦਿਲ ਦੇ ਵਿੱਚ ਤਾਂ ਡਰ ਜ਼ਰੂਰ ਸੀ ਵੀ ਜੇ ਨਾ ਹੋਏ ਤਾਂ ਕੀ ਕਰਾਂਗੇ। ਉਗਰਾਹਾਂ ਸਾਹਿਬ ਸਾਨੂੰ ਇਹੀ ਸਮਝਾਉਂਦੇ ਸੀ ਵੀ ਕਾਨੂੰਨ ਰੱਦ ਹੋਣਗੇ, ਕਰਾ ਕੇ ਹੀ ਮੁੜਾਂਗੇ। ਮੈਂ ਤਾਂ ਇਹ ਵੀ ਸੋਚ ਲਿਆ ਸੀ ਮੇਰੀ ਜ਼ਿੰਦਗੀ ਜਾਵੇ ਤਾਂ ਜਾਵੇ, ਮਰਨਾ ਤਾਂ ਇੱਕ ਦਿਨ ਹੈਗਾ ਹੀ ਹੈ। ਬੱਚੇ ਵੀ ਫੋਨ ਕਰਦੇ ਸੀ ਵੀ ਮੰਮੀ ਤੁਸੀਂ ਘਰੇ ਜਾਵੋ, ਤੁਹਾਨੂੰ ਕੁਛ ਹੋ ਗਿਆ ਤਾਂ ਅਸੀਂ ਕੀ ਕਰਾਂਗੇ। ਮੈਂ ਬੱਚਿਆਂ ਨੂੰ ਪੁੱਛਿਆ ਬਾਈ ਦੀ ਵੇ ਮੈਂ ਮਰ ਜਾਂਦੀ ਹਾਂ, ਤੁਸੀਂ ਮੇਰੇ ਸੰਸਕਾਰ 'ਤੇ ਆਓਗੇ? ਕਹਿੰਦੇ ਨਹੀਂ ਜੀ, ਕਰੋਨਾ ਆ ਨਹੀਂ ਸਕਦੇ। ਫਿਰ ਮੈਂ ਕਿਹਾ ਕਿਉਂ ਨਾ ਮੈਂ ਇੱਥੇ ਮਰ ਜਾਵਾਂ, ਅਤੇ ਇੱਥੇ ਤਾਂ ਲੋਕ ਮੈਨੂੰ ਸਲਾਮਾਂ ਕਰਨਗੇ। ਸਾਡੇ ਜਥੇਬੰਦੀ ਨੇ, ਉਗਰਾਹਾਂ ਜਥੇਬੰਦੀ ਨੇ ਸਟੇਜ 'ਤੇ ਬੋਲਣ ਲਾਇਆ। ਮੈਂ ਕਦੇ ਆਪਦੀ ਰਿਟਾਇਰਮੈਂਟ ਹੋਈ ਮੇਰੀ 2019 ਦੇ ਵਿੱਚ ਫਰਵਰੀ ਦੇ ਵਿੱਚ, ਮੈਨੂੰ ਟੀਚਰਾਂ ਨੇ ਕਿਹਾ ਵੀ ਤੂੰ ਦੋ ਸ਼ਬਦ ਜ਼ਰੂਰ ਬੋਲ। ਮੈਂ 2-4 ਮਿੰਟ ਮਸਾਂ ਬੋਲੀ ਸੀ, ਬੋਲੀ ਮੈਂ ਵਧੀਆ ਸੀ ਪਰ ਪਹਿਲੀ ਵਾਰੀ ਬੋਲੀ ਸੀ। ਉਦੋਂ ਬਾਅਦ ਫਿਰ ਮੈਨੂੰ ਦਿੱਲੀ ਬੋਲਣ ਲਾਇਆ ਸਟੇਜ 'ਤੇ। ਇਸ ਦਿਨ ਮੈਂ ਉਹਨਾਂ ਔਰਤਾਂ ਨੂੰ ਨਤਮਸਤਕ ਹੁੰਦੀ ਹਾਂ ਜਿਨ੍ਹਾਂ ਨੇ ਬੜੀਆਂ ਹੀ ਘਾਲਣਾ ਘਾਲ ਕੇ ਹਰ ਖੇਤਰ ਵਿੱਚ ਬੁਲੰਦੀਆਂ ਨੂੰ ਛੂਹਿਆ। ਬਚਿੱਤਰ ਕੌਰ ਜ਼ਿਕਰ ਕਰਦੇ ਨੇ ਉਹਨਾਂ ਲੋਕਾਂ ਦਾ ਜਿਨ੍ਹਾਂ ਨਾਲ ਉਹਨਾਂ ਦਾ ਗੂੜਾ ਪਿਆਰ ਪੈ ਗਿਆ। ਉਹ ਗੱਲਾਂ ਵੀ ਚੇਤੇ ਕੀਤੀਆਂ ਜਦੋਂ ਹਰਿਆਣਾ ਦੇ ਵਿੱਚ ਅਣਜਾਣ ਲੋਕਾਂ ਵੱਲੋਂ ਸਹਿਯੋਗ ਅਤੇ ਸਤਿਕਾਰ ਮਿਲਿਆ। ਜਦੋਂ ਅਸੀਂ ਉੱਥੋਂ ਤੁਰਿਆ ਬੜੇ ਲੋਕ ਰੋਏ, ਅੰਦਰ ਹੌਲ ਵੀ ਸੀ ਵੀ ਇੰਨੇ ਪਿਆਰ ਬਣਾ ਕੇ ਲੋਕਾਂ ਨਾਲ, ਅੱਜ ਵਾਪਸ ਜਾਣਾ ਵੀ ਬੜਾ ਔਖਾ ਲੱਗਦਾ। ਹਰਿਆਣੇ ਦੇ ਲੋਕਾਂ ਨਾਲ ਬੜਾ ਪਿਆਰ ਪਿਆ। ਇੱਕ ਉੱਥੇ ਸੀਗੇ ਜੀ, ਸਾਡੇ ਨੇੜੇ ਸੀਗੇ, ਉਹ ਮੁੰਡਾ ਪ੍ਰਿੰਸ ਸੀਗਾ, ਉਹ ਵਿਆਹਿਆ ਹੋਇਆ ਸਾਡੇ ਪੰਜਾਬ 'ਚ ਪਾਤੜਾਂ ਸੀਗਾ, ਅਤੇ ਉਹਦੇ ਪ੍ਰਿੰਸ ਦੇ ਮੰਮੀ ਡੈਡੀ ਸੀ। ਕੋਈ ਵੀ ਸਾਨੂੰ ਪ੍ਰੋਬਲਮ, ਉਹ ਰੋਜ਼ ਡੇਲੀ ਸਾਡੇ ਕੋਲ ਆਉਂਦੇ ਸੀ। ਸਾਡੇ ਨਾਲ ਜਦੋਂ ਅਸੀਂ ਉੱਥੋਂ ਧਰਨੇ 'ਤੇ ਆਉਣਾ, ਅਸੀਂ ਫੋਨ ਕਰ ਦੇਣਾ ਪ੍ਰਿੰਸ ਸਾਡੇ ਲਈ ਚਾਹ ਬਣਾ ਕੇ ਰੱਖ, ਅਸੀਂ ਆ ਗਏ। ਅਸੀਂ ਤੁਰ ਪਏ ਇੱਥੋਂ ਪਕੌੜਾ ਚੌਂਕ ਤੋਂ। ਉਹਨੇ ਨੇਹਾ, ਉਹਦੀ ਮੈਸੇਜ ਸੀ, ਜਿਹੜੀ ਸਾਡੇ ਪੰਜਾਬ ਦੀ ਲੜਕੀ ਸੀ ਉਹਦੇ ਨਾਲ ਵਿਆਹੀ ਹੋਈ ਸੀ, ਦੋਨਾਂ ਨੇ ਫਟਾਫਟ ਚਾਹ ਬਣਾਉਣੀ, ਸਾਨੂੰ ਆਉਂਦਿਆਂ ਨੂੰ ਬਿਠਾ ਦੇਣਾ, ਤੁਸੀਂ ਚਾਹ ਪੀਓ। ਫਿਰ ਉਹਨਾਂ ਨੇ ਸਬਜ਼ੀ ਬਣਾਉਣੀ, ਆਟਾ ਗੁੰਨ ਦੇਣਾ, ਅਸੀਂ ਰਲ ਕੇ ਸਾਰੇ ਨੇ ਉੱਥੇ ਖਾਣਾ ਬਣਾਉਣਾ 10-15 ਬੀਬੀਆਂ ਨੇ। ਫਿਰ ਉੱਥੇ ਜੀ ਕਿਉਂ ਨਹੀਂ ਲੱਗੂਗਾ ਜੀ। ਪ੍ਰਿੰਸ ਦੀ ਡੈਥ ਹੋ ਗਈ ਹੁਣ, ਮੈਨੂੰ ਬੜਾ ਦੁੱਖ ਹੋਇਆ, ਬਹੁਤ ਰੋਈ ਜੀ ਜਦੋਂ ਮੈਨੂੰ ਪਤਾ ਲੱਗਿਆ ਵੀ ਪ੍ਰਿੰਸ ਦੀ ਇੱਦਾਂ ਡੈਥ ਹੋ ਗਈ। ਮੈਂ ਜੇ ਕਦੇ ਕਹਿੰਦੀ ਵੀ ਸੀ ਵੀ ਮੈਂ ਪਿੰਡ ਨੂੰ ਜਾਣਾ, ਵਿੱਚੋਂ ਦੀ ਕਦੇ ਆਉਣਾ ਪੈਂਦਾ ਸੀ, ਉਹ ਬਹੁਤ ਰੋਂਦੀ ਸੀ ਸਾਰੀ ਫੈਮਿਲੀ। ਪ੍ਰਿੰਸ ਦੇ ਦਿਲ ਦੇ ਵਿੱਚ ਇਹ ਵੱਡਾ ਵਿਛੋੜਾ ਸੀ ਕਿਉਂਕਿ ਮੈਨੂੰ ਉਹਦੀ ਮਾਂ ਸਮਝਦਾ ਸੀ। ਜਦੋਂ ਮੈਂ ਉੱਥੋਂ ਤੁਰਦੀ ਸੀ ਤਾਂ ਮੇਰੇ ਪੈਰਾਂ 'ਚ ਬੈਠ ਕੇ ਰੋਂਦਾ ਹੁੰਦਾ ਸੀ ਉੱਚੀ ਉੱਚੀ। ਅਸੀਂ ਜਦੋਂ ਗਏ ਉਦੋਂ ਅਸੀਂ ਟਰਾਲੀਆਂ ਦੇ ਵਿੱਚ ਹੀ ਪੈਂਦੇ ਸੀ। ਅਸੀਂ ਇਹ ਕਿਹਾ ਵੀ ਹੁਣ ਨਹਾਈਏ ਕਿੱਥੇ, 3-4 ਦਿਨ ਹੋ ਗਏ ਨਹਾਉਣਾ, ਅਤੇ ਖਾਰਸ਼ ਹੋਣ ਲੱਗ ਗਈ, ਕੱਪੜੇ ਬਦਲਣੇ ਸੀ, ਕਿੱਥੇ ਅਸੀਂ ਤੁਰ ਪਈਆਂ। ਕਹਿੰਦੇ ਜੀ ਬਹਾਦਰਗੜ੍ਹ ਦੇ ਲੋਕ ਕਹਿੰਦੇ ਨੇ ਸਾਰਿਆਂ ਲਈ ਦਰਵਾਜ਼ੇ ਖੁੱਲ੍ਹੇ ਨੇ, ਜਿਹਨੇ ਨਹਾਉਣਾ ਸਾਡੇ ਘਰ ਆਓ। ਅਸੀਂ ਚਲੇ ਗਏ, ਸਾਨੂੰ ਮਹਿੰਦਰ ਕੌਰ ਮਿਲੀ ਸ਼ਹਿਰ ਕਰਦੀ, ਉਹ ਕਹਿੰਦੀ ਤੁਸੀਂ ਕਿਵੇਂ ਆਏ? ਅਸੀਂ ਅਸੀਂ ਪੰਜਾਬ ਤੋਂ, ਅਸੀਂ ਨਹਾਉਣਾ। ਉਹ ਸਾਨੂੰ ਘਰ ਲੈ ਗਏ, ਜਦੋਂ ਸਾਨੂੰ ਘਰ ਲੈ ਗਏ ਉਹਨਾਂ ਨੇ ਸਾਡੇ ਕੱਪੜੇ ਧੋਤੇ, ਸਾਨੂੰ ਨਮਾਇਆ, ਅਤੇ ਉਹਦੇ ਬੇਟੇ ਦੀ ਮੈਰਿਜ ਹੋਈ ਨੂੰ ਜੇ 3-4 ਦਿਨ ਅਸੀਂ ਮਠਿਆਈ ਪਈ ਉਹਨਾਂ ਦੀ। ਉਹ ਕਹਿੰਦੇ ਜੇ ਤੁਸੀਂ ਪਹਿਲਾਂ ਆ ਜਾਂਦੇ, 26 ਤਰੀਕ ਨੂੰ ਮੇਰੇ ਬੇਟੇ ਦੀ ਮੈਰਿਜ ਸੀ। ਮੈਂ ਕਿਹਾ ਅਸੀਂ ਜਾਗੋ ਕੱਢਣੀ ਸੀ ਪੰਜਾਬੀਆਂ ਨੇ, ਸਾਨੂੰ ਉਹਨਾਂ ਨੇ ਅਸੀਂ ਸ਼ਗਨ ਦਿੱਤਾ ਉਹਦੀ ਨੂੰਹ ਨੂੰ, ਸਾਨੂੰ ਉਹਨਾਂ ਨੇ ਸਾਨੂੰ ਮਠਿਆਈ ਦਿੱਤੀ ਮੰਮੀ। ਪਤਾ ਹੀ ਹੈ ਹਰਿਆਣੇ ਵਾਲਿਆਂ ਨੇ ਕਿੰਨਾ ਸਾਡਾ ਕੀਤਾ। ਬਚਿੱਤਰ ਕੌਰ ਨਿੱਜੀ ਜ਼ਿੰਦਗੀ ਵਿੱਚ ਕੀਤੇ ਗਏ ਸੰਘਰਸ਼ਾਂ ਨੂੰ ਵੀ ਯਾਦ ਕਰਦੇ ਨੇ ਅਤੇ ਸਮੇਂ ਦੀਆਂ ਸਰਕਾਰਾਂ ਪ੍ਰਤੀ ਨਾਰਾਜ਼ਗੀ ਵੀ ਜ਼ਾਹਿਰ ਕਰਦੇ ਨੇ। ਅਸੀਂ ਭੈਣ ਭਾਈ 5-6 ਭੈਣ ਭਾਈ ਸੀ, ਅਸੀਂ ਬਹੁਤ ਕੰਮ ਹੱਥੀਂ ਕੰਮ ਕੀਤਾ ਸੀ ਜੀ। ਅਸੀਂ ਕੋਈ ਵੀ ਅਸੀਂ ਜਣੀ ਇੰਨਾ ਕੁ ਕੰਮ ਕੀਤਾ, ਨਾਲੇ ਪੜ੍ਹਦੇ ਸੀ, ਨਾਲੇ ਮੇਰੀ ਮਦਰ ਕਹਿੰਦੀ ਸੀ ਵੀ ਆਹ ਕੰਮ ਕਰਕੇ ਜਾਣਾ, ਕੂੜਾ ਸਿੱਟ ਕੇ ਜਾਣਾ, ਧਾਰਾਂ ਚੋ ਕੇ ਜਾਣੀਆਂ ਨੇ। ਬਹੁਤ ਸਟਰਗਲ ਕੀਤਾ ਜ਼ਿੰਦਗੀ 'ਚ। ਮੈਰਿਜ ਹੋਈ ਜੀ, ਫਿਰ ਬਹੁਤ ਦੁੱਖ ਦੇ ਕੇ, ਬੇਟੀਆਂ ਹੋਈਆਂ ਜੋੜੀਆਂ, ਸਾਰਾ ਕਿਹਾ ਇਹਦੇ ਕੁੜੀਆਂ ਹੋ ਗਈਆਂ ਜੀ, ਇਹ ਕਿਉਂ ਹੋ ਗਈਆਂ ਜੀ,
ਉਹ ਤਾਂ ਪਰਮਾਤਮਾ ਦੀ ਦੇਣ ਸੀ, ਉਹ ਵੀ ਬੜੀਆਂ ਔਖੀਆਂ ਹੋ ਕੇ ਪਾਲੀਆਂ। ਅੱਜ ਮੇਰੀਆਂ ਬੇਟੀਆਂ, ਮੇਰਾ ਬੇਟਾ ਬੜੇ ਸੌਖੇ ਆ ਜੀ। ਜੋਬ ਕੀਤੀ, ਜੋਬ ਦੇ ਵਿੱਚ ਬੜਾ ਸਟਰਗਲ ਕੀਤਾ, ਕਦੇ ਟੀਚਰਾਂ ਦੇ ਨਾਲ ਧੱਕੇ, ਕਦੇ ਬੱਚਿਆਂ ਨਾਲ ਧੱਕੇ, ਉਹਦੇ ਵਿੱਚ ਵੀ ਮੈਂ ਵੱਧ ਚੜ੍ਹ ਕੇ ਬਹੁਤ ਹਿੱਸੇ ਪਾਏ ਸੀ। ਸਾਨੂੰ ਗੁੱਸਾ ਸੀ ਉਹਨਾਂ ਗੱਲਾਂ 'ਤੇ ਕਿ ਇਹ ਸਰਕਾਰਾਂ ਸਾਨੂੰ ਇਹ ਪੜ੍ਹਾ ਪੜ੍ਹਾ ਕੇ ਮਾਰਦੀਆਂ ਨੇ, ਕਦੇ ਧਰਮਾਂ ਦੇ ਨਾਂ 'ਤੇ, ਕਦੇ ਜਾਤਾਂ 'ਤੇ, ਕਦੇ ਗੋਤਾਂ 'ਤੇ। ਸਾਡੇ ਬੱਚੇ ਇਹ ਸਰਕਾਰਾਂ ਤੋਂ ਦੁਖੀ ਹੋ ਕੇ ਅੱਜ ਇਕੱਲੇ ਇਕੱਲੇ ਮਾਵਾਂ ਦੇ ਪੁੱਤ ਅੱਜ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਨੇ। ਮੈਂ ਆਪਦੇ ਬੱਚੇ ਨੂੰ 5.5 ਸਾਲਾਂ ਦੇ ਵਿੱਚ ਇੱਕ ਵਾਰੀ ਮਿਲੀ ਹਾਂ। ਹੁਣ ਕਈ ਵਾਰੀ ਸੋਚਦੇ ਹਾਂ ਮਿਲਣਾ ਜਾਂ ਨਹੀਂ ਮਿਲਣਾ, ਇਹ ਸਰਕਾਰਾਂ ਦੀ ਬਦੌਲਤ ਹੈ ਜੀ। ਸੰਘਰਸ਼ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਚੁੱਕੇ ਬਚਿੱਤਰ ਕੌਰ ਕਹਿੰਦੇ ਨੇ ਕਿ ਸਿਆਸਤ ਵਿੱਚ ਉਹ ਕਦੇ ਨਹੀਂ ਜਾਣਗੇ, ਲੋਕ ਹਿੱਤਾਂ ਲਈ ਸੰਘਰਸ਼ ਕਰਦੇ ਰਹਿਣਗੇ। ਹੁਣ ਅਸੀਂ ਇੱਕ ਦਿਨ ਵੀ ਵਿਹਲੇ ਨਹੀਂ ਰਹਿੰਦੇ ਜੀ। ਕਦੇ ਸਾਡੇ ਦੇਖੋ, ਕਦੇ ਕੋਈ ਸ਼ਹੀਦੀ ਦਿਹਾੜਾ ਆ ਗਿਆ, ਭਗਤ ਸਿੰਘ ਦਾ ਮਨਾਉਣਾ ਸੀ ਬਰਨਾਲੇ ਮਨਾਇਆ, ਕਦੇ ਸਾਡੀ ਸੂਬੇ ਦੀ ਮੀਟਿੰਗ ਆ ਗਈ ਜੀ, ਕਦੇ ਸਾਡੀ ਜ਼ਿਲ੍ਹੇ ਦੀ ਮੀਟਿੰਗ ਆ ਗਈ, ਕਦੇ ਸਾਡੀ ਬਲਾਕ ਦੀ, ਕਦੇ ਸਾਡੀ ਇਕਾਈ ਦੀ ਮੀਟਿੰਗ। ਹੁਣ ਸਾਡੇ ਜਿਹੜੇ 5 ਰੋਜ਼ਾ ਪਿੰਡਾਂ ਸਾਨੂੰ ਕਾਲ ਆਈ ਵੀ ਜਿਹੜਾ ਪਾਣੀ ਦਾ ਪੱਧਰ ਆ ਉਹ ਇੰਨਾ ਕੁ ਨੀਵਾਂ ਚਲਿਆ ਗਿਆ, ਉਹਦੀ ਬੱਚਤ ਲਈ ਜਿਹੜੇ ਦਰਖਤ ਲਾਉਣੇ ਨੇ ਪਿੰਡਾਂ ਵਿੱਚ, ਲੋਕਾਂ ਨੂੰ ਅਵੇਅਰ ਕਰੋ। ਇਸ ਸੰਘਰਸ਼ ਦੇ ਵਿੱਚ ਜਾ ਕੇ ਮੈਨੂੰ ਐਂ ਲੱਗਦਾ ਵੀ ਮੇਰੇ ਰੋਗ ਵੀ ਕੁਛ ਘੱਟ ਗਏ, ਕਿਉਂਕਿ ਜਿਹੜਾ ਦਿਮਾਗ ਹੈ ਸਾਰੀ ਦਿਹਾੜੀ ਬਿਜ਼ੀ ਰਹਿੰਦਾ ਹੈ। ਮੇਰੇ ਰਿਸ਼ਤੇਦਾਰੀਆਂ ਮੇਰੇ ਨਾਲ ਗੁੱਸੇ ਹੋ ਗਏ, ਮੇਰੀ ਬੇਟੀ ਵੀ ਕਹਿੰਦੀ ਮੰਮੀ ਤੂੰ ਆਉਂਦੀ ਨਹੀਂ, ਮੈਂ ਪਿਆਰ ਹੀ ਛੱਡਤਾ ਕਰਦਾ। ਜਿਹੜਾ ਸਾਡਾ ਸਾਫ਼ ਸੁਥਰਾ ਸੰਘਰਸ਼ ਹੈ ਇਹਦੇ ਵਿੱਚ ਹੀ ਜ਼ਿੰਦਗੀ ਲਾਉਣੀ ਹੈ। ਕਹਿੰਦੇ ਨੇ ਲੋਕ ਕਿ ਸਰਵ ਸੰਮਤੀ ਨਾਲ ਸਰਪੰਚ ਬਣ ਜਾ, ਮੈਂ ਕਦੇ ਵੀ ਨਹੀਂ ਹੋ ਸਕਦਾ, ਮੈਂ ਕੀ ਲੈਣਾ ਇਹੋ ਜਿਹੇ ਸਰਪੰਚ ਹੀ ਹਾਂ ਤੂੰ।